ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਨਵਰੀਦ ਦੇ ਨਾਂ ਤੇ ਦੋ ਨਾਰੇ ਲਵਾਣੇ ਨੇ ਇਹਨਾਂ ਦੇ ਬੋਲਣ ਤੋਂ ਪਹਿਲਾਂ ਸੰਦੀਪ ਦੇ ਤੋਂ ਸ਼ਹੀਦ ਨਵਰੀਦ ਸਿੰਘ ਜੀ ਅਮਰ ਰਹੇ ਅਮਰ ਰਹੇ ਸ਼ਹੀਦ ਨਵਰੀਦ ਸਿੰਘ ਜੀ ਅਮਰ ਰਹੇ ਸ਼ਹੀਦ ਨਵਰੀਦ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦਾ ਮੈਂ ਸੰਦੀਪ ਜੀ ਨੂੰ ਸੰਦੀਪ ਨਵਦੀਪ ਜੀ ਉਹ ਮੰਚ ਤੇ ਆਉਣ ਤੇ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੈਸੇ ਮੈਂ ਫੇਰ ਕਹਤੇ ਜੀ ਹਮ ਕੋ ਬਹੁਤ ਬੜੇ ਬਲਾਰੇ ਨਹੀਂ ਹੈ ਤਾਂ ਕੋਈ ਗਲਤੀ ਸਲਤੀ ਹੋ ਜਾ ਮਾਫ ਕਰ ਦਿਓ ਵੈਸੇ ਆਪਣੇ ਭਾਈਆਂ ਨੇ ਦੋਨਾਂ ਨੇ बताई दिया ਵੀ ਇੱਕ ਆਪਣਾ ਅਜ ਰੋਸ ਮਾਰਤਾ ਸਰਕਾਰ ਕੇ ਖਿਲਾਫ ਵੀ ਜੇ ਹੁਣ ਸੇ ਆਪਣੇ ਭਾਈ ਗ੍ਰਿਫਤਾਰ ਆ ਜਾਂ ਨੋਟਿਸ ਆ ਰਹੇ ਆ ਜਿਨਕੇ ਪਾਸ ਇੱਕ ਸਰਕਾਰ ਨੂੰ ਦਿਖਾਣੇ ਵਾਸਤਾ ਵੀ ਸਯੁਕਤ ਮੋਰਚੇ ਕੀ ਗਵਾਹੀ ਮਾਜੀ ਯੂਥ ਸਾਰੇ ਕੇ ਸਾਰੇ ਯੂਥ ਨੇ ਕਿਸਾਨ ਭਾਈਆ ਨੇ ਇੱਕ ਰੋਸ ਮਾਰਚ ਗੱਡਿਆ ਤਾਂ ਧੰਨਵਾਦ ਕਰਾਂ ਜੀ ਬਲਦੇਵ ਸਿੰਘ ਸਿਰਸਾ ਜੀ ਦਾ ਜਿਨੇ ਮਹਾਰਾਜ ਕੇ ਅੰਦਰ ਸਾਥ ਦਿਆ ਬਹੁਤ ਜ਼ਿਆਦਾ ਬਸ ਉਹੀ ਮੰਗਾ ਆ ਜੀ ਇੱਕ ਜੋੜ ਸਾ ਆਪਣਾ ਭਾਈ ਜਿਸਕਾ ਗੋਲੀ ਲੱਗੀ ਆ ਨਵਰੀਤ ਸਿੰਘ ਉਹਨੂੰ ਉਹਨਕੇ ਪਰਿਵਾਰ ਨੂੰ ਪੂਰੇ ਸਨਮਾਨ ਕੇ ਸਾਥ ਉਨਕੇ ਦਾਦਾ ਜੀ ਨੂੰ ਇੱਕ ਪ੍ਰੋਗਰਾਮ ਰੱਖਿਆ ਜਾ ਸਰਦਾਂ ਜਿਲੀ ਸਮਾਗਮ ਰੱਖਿਆ ਜਾ ਸਟੇਜ ਦੇ ਉੱਪਰ ਵਿਹਾਜ ਹੋਣ ਦਾ ਬਣਦਾ ਹੱਕ ਬਣਾ ਜਾਉਣ ਸਮਾਨ ਸਮਾਨ ਕਾ ਉਸ ਪਰਿਵਾਰ ਕਾ ਕਰਿਆ ਜਹਾਂ ਜਾਨਤੇ ਜਿਆਦਾ ਇੱਕ ਆਪਣੇ ਜੌਣ ਦੇ ਭਾਈ ਅਰੈਸਟ ਹੋਏ ਵੇ ਆ ਉਨਕੇ ਖਿਲਾਫ ਹਮ ਸਯੁਕਤ ਮੋਰਚੇ ਨੂੰ ਬੇਨਤੀ ਕਰਾਂ ਵੀ ਸਖਤ ਐਕਸ਼ਨ ਲੈਣੇ ਦੀ ਜ਼ਰੂਰਤ ਹੈ ਆ ਸਖਤ ਐਕਸ਼ਨ ਚਲੋ ਸਯੁਕਤ ਮੋਰਚਾ ਕਹਿ ਵੀ ਰਿਹਾ ਵੀ ਅਪਾ ਜਦ ਤੱਕ ਗੱਲਬਾਤ ਨਹੀਂ ਕਰਦੇ ਉਸ ਗੱਲ ਆਪਣਾ ਸਰਕਾਰ ਗੱਲ ਜਦ ਤੱਕ ਆਪਣੇ ਭਾਈ ਰਿਹਾਂ ਨਹੀਂ ਹੁੰਦੇ ਆ ਸਾਰੇ ਕੇ ਸਾਰੇ ਪਰ ਉਸ ਬਾਤੇ ਕੋਈ ਫਰਕ ਪੜ ਨਹੀਂ ਰਿਹਾ ਸਰਕਾਰ ਨੂੰ ਉਹ ਪ੍ਰੈਸ਼ਰ ਬਣਾਣਾ ਪੜਾਗਾ ਉਹ ਪ੍ਰੈਸ਼ਰ ਬਣਾਣਾ ਪੜਾਗਾ ਵੀ ਸਰਕਾਰ ਗੈਲ ਸਰਕਾਰ ਧੱਕੇ ਦੇ ਬਾਤ ਕਰਾ ਆਪਣੇ ਪਾਸ ਨਿਉ ਤਾਂ ਬਾਤ ਬਣ ਨਹੀਂ ਰਹੀ ਉਹਨੂੰ ਫਰਕ ਕੋਈ ਨਹੀਂ ਪੜ ਰਿਹਾ ਇਸ ਚੀਜ਼ ਤੇ ਕੋਈ ਵੀ ਉਹ ਪ੍ਰੈਸ਼ਰ ਬਣਾਓ ਜੋ 26 ਦੇ ਪਹਿਲਾਂ ਦਾ ਜਦ ਨੇ ਭੱਜ ਭੱਜ ਕੇ ਮੀਟਿੰਗਾਂ ਕਰੇ ਕਰਾਂ ਤੇ ਦੋ ਦਿਨ ਛੋੜ ਕਾ ਦੇ ਦੋ ਦਿਨ ਛੋੜ ਕਾ ਨਹੀਂ ਨੇ ਤਾਂ ਹਮ ਸੁਰੂ ਮਾ ਤਾਂ 20 20 ਦਿਨ ਨਹੀਂ ਬਲਾਏ ਉਹ ਪ੍ਰੈਸ਼ਰ ਬਣਾਓ ਪ੍ਰੈਸ਼ਰ ਮੱਬਾ ਇਹਨੇ ਦੇਖੋ ਸੁਝਾਅ ਵੀ ਦਿਆ ਵੀ ਹਾਂ ਪੰਜੇਲ ਪਰ ਅੰਦੋਲਨ ਵੀ ਸਟਾਰਟ ਕਰ ਸਕਾਂ ਪਰ ਹਮ ਵੀ ਇੱਕ ਸੁਝਾਅ ਦੇ ਰਹੇ ਆ ਆਪਣੇ ਪਾਸ ਤਾਕਤ ਬਹੁਤ ਬੜੀ ਆ ਰਾਜਸਥਾਨ ਗੈਲ ਖੜਿਆ ਯੂਪੀ ਗੈਲ ਖੜਿਆ ਪੰਜਾਬ ਗੈਲ ਖੜਿਆ ਹਰਿਆਣਾ ਗੈਲ ਖੜਿਆ ਹਮ ਦਿੱਲੀ ਕੀ ਕੱਲੀ ਕੱਲੀ ਗਲੀ ਬਾਹਰ ਤੇ ਬੰਦ ਕਰ ਸਕਾਂ ਆ ਸਾਰੀ ਦਿੱਲੀ ਇਤਨੀ ਤਾਕਤ ਆ ਮਾਰੇ ਅੰਦਰ ਔਰ ਹਮ ਫੇਰ ਕਹਿ ਰਹੇ ਆ ਦਿੱਲੀ ਤੋਂ ਇੱਕ ਦਿਨ ਬੰਦ ਕਰਨੀ ਪੜਾਗੀ ਹਮ ਨਹੀਂ ਕਹਿ ਰਹੇ ਦਿੱਲੀ ਦੇ ਅੰਦਰ ਜੋ ਕਿਸੇ ਗੱਲ ਟਕਰਾ ਨਾ ਕਰੋ ਪਰ ਬਾਹਰ ਤੇ ਬੰਦ ਕਰਨੇ ਕੀ ਤਾਕਤ ਆ ਆਪਣੀ ਜਾਨ ਆਪਾਂ ਉਹਨੂੰ ਮੁੱਠੀ ਮੈਂ ਰੱਖ ਸਕਾਂ ਬੰਦ ਕਰ ਸਕਾਂ ਉਸ ਨੂੰ ਆਪਾਂ ਹਮ ਅੱਜ ਵੀ ਕਹਿ ਰਹੇ ਆ ਜ਼ਰੂਰਤ ਪੜਾਗੀ ਅੱਜ ਕਰ ਲਿਓ ਮਹੀਨੇ ਬਾਅਦ ਕਰ ਲਿਓ ਦੋ ਮਹੀਨੇ ਬਾਅਦ ਕਰ ਲਿਓ ਬਾਅਦ ਤੋਂ ਪ੍ਰੈਸ਼ਰ ਗੈਸ ਸਟਾਰਟ ਹੋਵਾਗੀ ਉਹ ਪ੍ਰੈਸ਼ਰ ਮਾਂ ਨੂੰ ਬਣਾਣਾ ਪੜਾਗਾ ਸੁਖਤ ਮੋਰਚਾ ਬਹੁਤ ਤਕੜਾ ਆ ਕੱਲਾ ਕੱਲਾ ਬੰਦਾ ਕੱਲਾ ਕੱਲਾ ਆਪਣੇ ਕਰੋੜਾ ਪਰਿਵਾਰ ਸਾਰੇ ਸੁਖਤ ਮੋਰਚੇ ਗੱਲ ਖੜੇ ਆ ਔਰ ਪੂਰੇ ਤਕੜੇ ਹੋ ਕੇ ਖੜੇ ਆ ਇੱਕ ਕੋਲ ਦੇ ਦੇਗਾ ਸੁਖਤ ਮੋਰਚਾ ਸਾਰੇ ਭੱਜੇ ਆਮਗੇ ਪੂਰੇ ਡਟਕਾ ਜਿਸ ਤਰ੍ਹਾਂ ਵੀ ਕਹਾਂਗੇ ਉਸ ਤਰ੍ਹਾਂ ਹੁਕਮ ਪਹਿਲਾਂ ਵੀ ਮੰਨਿਆ ਅੱਗਾ ਵੀ ਮੰਨਾਂਗੇ ਸਾਰੇ ਕੇ ਸਾਰੇ ਜਿੰਦਾਬਾਦ 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 ਇਬਰਾਹੀ ਬਾਤ ਜਿੰਨਾਂ ਪਿੱਛਾ ਨੋਟਿਸ ਆ ਰਹੇ ਆ ਜਾਂ ਪਿੱਛੇ ਅਰੈਸਟ ਜਿੰਨੂੰ ਕਰ ਰਹੇ ਆ ਕੱਲ ਆਪਣੇ ਪ੍ਰਧਾਨ ਜੀ ਗਰਨਾਮ ਸਿੰਘ ਚੜੂਨੀ ਜੀ ਨੇ ਐਲਾਨ ਕਰਿਆ ਦਾ ਵੀ ਅਗਰ ਹਰਿਆਣਾ ਦੇ ਅੰਦਰ ਕੋਈ ਵੀ ਦਿੱਲੀ ਦਾ ਬੰਦਾ ਕਿਸੇ ਨੂੰ ਗੋਮਾ ਠਾਣ ਆਵਾ ਉਹਨੂੰ ਪਕੜ ਕੇ ਮਹੀਂ ਬਿਠਾ ਲਿਓ ਵੀ ਉਹਨੂੰ ਪਾਕਟ ਕਾ ਵਹੀਂ ਬਿਠਾ ਲਿਓ ਪੁਲਿਸ ਕੇ ਅਧਿਕਾਰੀ ਨੂੰ ਔਰ ਉਸਨੂੰ ਰੋਟੀ ਖਿਲਾਓ ਪਾਣੀ ਪਿਲਾਓ ਉਸਨੂੰ ਜਦ ਤੱਕ ਉਹਨਕੇ ਉੱਪਰ ਵਾਲੇ ਜ਼ਿਲ੍ਹਾ ਅਧਿਕਾਰੀ ਨਿਆਂਦੇ ਅਰੰ ਨੂੰ ਕਹਿੰਦੇ ਨਹੀਂ ਵੀ ਹਾਂ ਥਾਰੇ ਗੋਮਾ ਤੇ ਵਾ ਦਿੱਲੀ ਪੁਲਿਸ ਕਾ ਕੋਈ ਅਧਿਕਾਰੀ ਨਹੀਂ ਵਰਦਾ ਜਾਦੂ ਉਸਨੂੰ ਛੋਡੀਓ ਜੇ ਉਹੀ ਅਪੀਲ ਹਮ ਸਾਰੇ ਸਿਉਕਤ ਮੋਰਚੇ ਨੂੰ ਕਰਾਂ ਵੀ ਇਤਨਾ ਬੜਾ ਕੋਈ ਐਲਾਨ ਕਰੋ ਤਾਂ ਕਿ ਦਿੱਲੀ ਸਰਕਾਰ ਦਿੱਲੀ ਜੌਨ ਦੀ ਪੁਲਿਸ ਥਾਣੇ ਜਾਣਾ ਉਸਮਾ ਵੀ ਡਰ ਪੈਦਾ ਹੋਵਾ ਠੀਕ ਆ ਵੀ ਹਾਂ ਜੇ ਕੋਈ ਕੱਲ ਨੂੰ ਪੰਜਾਬ ਬੋਰਡ ਨੂੰ ਹਰਿਆਣੇ ਨੂੰ ਮੂੰਹ ਕਰਾ ਨਾ 10 ਵਾਰ ਸੋਚਿਆ ਹਰਿਆਣੇ ਵੀ ਪਕੜ ਕੇ ਬਿਠਾ ਲੇਗੇ ਮੈਂ ਮਾਨੂੰ ਇਹ ਕਿ ਉਹ ਜਰੂਰ ਹਮ ਬੇਨਤੀ ਕਰਾਂ ਸੂਬਤ ਮੋਰਚੇ ਨੂੰ ਇਸਕੇ ਉੱਪਰ ਜਰੂਰ ਐਲਾਨ ਕਰਾਂ ਬਾਕੀ ਜੀ ਦੇਖੋ ਹਮ ਅਗਰ ਕੋਈ ਵੀ ਆਪਣੇ ਪੱਖ ਸ ਰੱਖਾਇਆ ਤੋ ਉਹ ਵਿਚਾਰ ਹਮਾਇਆ ਤੋ ਸੁਣਿਓ ਨਾ ਸੋਚੇ ਕਿ ਬਖਰੇ ਮਾਇਆ ਕੋਈ ਐਸਾ ਕੁਛ ਨਹੀਂ ਹੈ ਸਾਰੇ ਕੇ ਸਾਰੇ ਕੇ ਆਪਣੇ ਆਪਣੇ ਵਿਚਾਰ ਹਮਾਇਆ ਸਾਰਾ ਸਯੁਕਤ ਮੋਰਚਾ ਇਕੱਠਾ ਆ ਸਾਰਾ ਯੂਥ ਅੱਜ ਮਨੇ ਸਾਰਿਆਂ ਨੂੰ ਦਿਖਾ ਦਿਆ ਸਰਕਾਰ ਨੂੰ ਵੀ ਦਿਖਾ ਦਿਆ ਵੀ ਸਾਰਾ ਯੂਥ ਸਯੁਕਤ ਮੋਰਚੇ ਦੇਗੇ ਗੈਲ ਖੜਿਆ ਆ ਵੀ ਕੋਈ ਬਹਿ ਮੰਨ ਰਹੀਏ ਜਿੱਦਨ ਸਯੁਕਤ ਮੋਰਚੇ ਨੇ ਕਹਿ ਦਿਆ ਨਾ ਸਯੁਕਤ ਮੋਰਚੇ ਦੇ ਅੱਗਾ ਖੜਕਾ ਲੜਾਂਗੇ ਅੱਗਾ ਖੜਕਾ ਸਾਰੇ ਕੇ ਸਾਰੇ ਤੋ ਯੋਹੀ ਧੰਨਵਾਦ ਹੈ ਜੀ ਕੋਈ ਗਲਤੀ ਸਲਤੀ ਹੋਈ ਹੋਵੇ ਉਸ ਪੇ ਜਾ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਅਸਰੀਆ ਕਾਲ ਸ਼ੁਕ ਮੋਰਚਾ ਜ਼ਿੰਦਾਬਾਦ ਸ਼ੁਕ ਮੋਰਚਾ ਜ਼ਿੰਦਾਬਾਦ ਸ਼ੁਕ ਮੋਰਚਾ ਜ਼ਿੰਦਾਬਾਦ ਧੰਨ